ਹੈਲੋ ਦੋਸਤੋ ਟ੍ਰਿਪਲ ਐਸ ਵੀ ਡਿਪਾਰਟਮੈਂਟ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜੀ ਐਡਵਰਟਾਈਜ਼ਮੈਂਟ ਦੇ ਰਿਗਾਰਡਿੰਗ ਤਾਂ ਗਰੁੱਪ ਸੀ ਦੀ ਜਿਨ੍ਹਾਂ ਵਿੱਚ ਵੈਕੈਂਸੀਆਂ ਮਿਲ ਗਈਆਂ ਹੁੰਦੀਆਂ ਨੇ ਪੰਜਾਬ ਦੇ ਅੰਦਰ ਉਹ ਟ੍ਰਿਪਲ ਐਸ ਵੀ ਦੇ ਅੰਦਰ ਜ਼ਿਆਦਾਤਰ ਹੁੰਦੀਆਂ ਨੇ ਤਾਂ ਟ੍ਰਿਪਲ ਐਸ ਵੀ ਦੇ ਅੰਦਰ ਇੱਕ ਵੈਕੈਂਸੀ ਆਈ ਸੀ ਜੀ ਗਰੁੱਪ ਸੀ ਦੀ ਸਟੈਨੋ ਟਾਈਪਿਸਟ ਦੇ ਜੂਨੀਅਰ ਸਕਿਲਡ ਸਕੈਨੋਗ੍ਰਾਫਰ ਦੀ ਤਾਂ ਉਹਨਾਂ ਦੀ ਜਿਹੜੀ ਵੈਕੈਂਸੀ ਹੈ ਜੀ ਉਹਦੇ ਨਾਲ ਰਿਲੇਟਡ ਇਹਨਾਂ ਨੇ ਦੱਸਿਆ ਕਿ ਉਹਨਾਂ ਲਈ ਕੁਆਲੀਫਾਈਡ ਨੇਚਰ ਦਾ ਇੱਕ ਪੇਪਰ ਹੋਣਾ ਪੰਜਾਬੀ ਦਾ ਤੇ ਜਿਹਦੇ ਵਿੱਚ ਤੁਹਾਨੂੰ ਮਿਲ ਕੇ 50% ਨੰਬਰ ਲੈਣੇ ਲਾਜ਼ਮੀ ਆ ਜ ਜਿਹੜਾ ਪੰਜਾਬ ਸਰਕਾਰ ਸਰਕਾਰ ਨੂੰ ਕਿਹਾ ਗਿਆ ਜੀ ਤੇ 26 ਫਰਵਰੀ ਨੂੰ ਮਣਕੀ ਪੇਪਰ ਲਿਆ ਜਾਊਗਾ। ਬਾਕੀ ਇਹਦੇ ਨਾਲ ਸਿਲੇਬਸ ਸੰਬੰਧਿਤ ਜੋ ਵੀ ਹੋਊਗਾ ਜੀ ਤੁਹਾਨੂੰ ਦੱਸਿਆ ਜਾਊਗਾ। ਤੇ ਬਾਕੀ ਜਿੰਨੀਆਂ ਵੀ ਭਰਤੀਆਂ ਹੈਗੀਆਂ ਜੀ ਪੰਜਾਬ ਦੇ ਅੰਦਰ ਤਾਂ ਮੈਂ ਤੁਹਾਨੂੰ ਇੱਕ ਪਹਿਲਾਂ ਥੋੜੇ ਦਿਨ ਪਹਿਲਾਂ ਹੀ ਮਣਕੀ ਇੱਕ ਵੀਡੀਓ ਪਾਈ ਸੀ ਪੰਜਾਬੀ ਦੇ ਵਿਸ਼ੇ ਦੇ ਰਿਗਾਰਡਿੰਗ ਕਿ ਪੰਜਾਬੀ ਲਈ ਇੱਕ ਵੱਖਰਾ ਪੇਪਰ ਹੋਇਆ ਕਰੂਗਾ ਪੰਜਾਬੀ ਵਿਸ਼ੇ ਦਾ ਜਿਹਦੇ ਵਿੱਚ ਤੁਹਾਨੂੰ ਪੰਜਾਬ ਉੱਠਣ ਨੰਬਰ ਲੈਣੇ ਲਾਜ਼ਮੀ ਆ ਜੀ। ਨਾਲੇ ਇੱਕ ਹੋਰ ਕੰਡੀਸ਼ਨ ਲਿਖੀ ਗਈ ਸੀ ਕਿ ਤੁਹਾਡੇ 10ਵੀਂ ਦੇ ਵਿੱਚ ਵੀ 50% ਨੰਬਰ ਪੰਜਾਬੀ ਦੇ ਵਿੱਚ ਹੋਣੇ ਕੰਪਲਸਰੀ ਆ ਜੀ। ਤੇ ਉਹ ਸਾਰੀਆਂ ਦੇ ਚੀਜ਼ਾਂ ਦੇ ਮਿਲ ਕੇ ਲਾਗੂ ਹੁੰਦੀ ਆ ਮਤਲਬ ਕਿ ਹੁਣ ਜਿੱਦਾਂ ਕੋਈ ਵੀ ਪੇਪਰ ਆਉਂਦਾ ਵਾ ਇਹਨਾਂ ਦਾ ਮਿਲ ਕੇ ਟਾਈਪਿੰਗ ਦਾ ਟੈਸਟ ਹੋਣਾ ਨਾਲ-ਨਾਲ ਤੇ ਇਸ ਕਰਕੇ ਇਹਨਾਂ ਦਾ ਕੱਲਾ ਪੰਜਾਬੀ ਦਾ ਪੇਪਰ ਹੋਣਾ ਵਾ ਜਿੱਦਾਂ ਮੰਨ ਲਓ ਹੋਰ ਵੀ ਵੈਕੈਂਸੀਆਂ ਹੈਗੀਆਂ ਨੇ ਉਹਨਾਂ ਦਾ ਵੀ ਉਸੇ ਦਿਨ ਹੀ ਪੇਪਰ ਦੇ ਹੋਇਆ ਕਰੂ ਜਿਹੜਾ ਉਹਦੇ ਨਾਲ ਹੀ ਪੰਜਾਬੀ ਦਾ ਪੇਪਰ ਹੋਇਆ ਕਰੂਗਾ ਜੇ ਉਹ ਬੰਦਾ ਉਹ ਪੰਜਾਬੀ ਦਾ ਪੇਪਰ ਪਾਸ ਕਰਦਾ ਇਸ ਕਰਕੇ ਕੁਆਲੀਫਾਈ ਹੋਊਗਾ ਇਸ ਕਰਕੇ ਕਨਫਰਮ ਹੋ ਗਿਆ ਕਿ ਪੰਜਾਬੀ ਦਾ ਪੇਪਰ ਪਟਿਆਪਲ ਸਬੀ ਦੇ ਡਿਪਾਰਟਮੈਂਟ ਦੇ ਜਿਹੜੇ ਕਲਰਕ ਹੋਗੇ ਸਟੈਨੋਗ੍ਰਾਫਰ ਹੋਗੇ ਡਾਟਾ ਇੰਟੀਪ੍ਰੀਟਰ ਹੋਗੇ ਤਾਂ ਇਹਨਾਂ ਦੀ ਵੈਕੈਂਸੀ ਜਿਹੜੀ ਗਰੁੱਪ ਸੀ ਦੀਆਂ ਨੇ ਜਾਂ ਡੀ ਦੀਆਂ ਜਿਹੜੀਆਂ ਆਉਣਗੀਆਂ ਉਹਨਾਂ ਲਈ ਗਰੁੱਪ ਮਿਲ ਕੇ ਜਿਹੜੀ ਸੀਡੀ ਦੀ ਵੈਕੈਂਸੀ ਹੈਗੀ ਉਹਨਾਂ ਲਈ ਪੰਜਾਬੀ ਦਾ ਪੇਪਰ ਹੋਊਗਾ ਜੀ ਤਾਂ ਜਿਹੜੇ ਵੀ ਕੈਂਡੀਡੇਟ ਮੈਨੂੰ ਪੁੱਛ ਰਿਆ ਸੀ ਤਾਂ ਇੱਕ ਹਿਸਾਬ ਦਾ ਇਸ ਜਿਹੜਾ ਨੋਟੀਫਿਕੇਸ਼ਨ ਆਇਆ ਵਾ ਇਹ ਤੋਂ ਪੂਰਾ ਹੀ ਆਪਾਨੂੰ ਪਤਾ ਲੱਗਿਆ ਕਿ ਪੇਪਰ ਇੱਕ ਵੱਖਰਾ ਹੋਇਆ ਕਰੂ ਪੰਜਾਬ ਦੇ ਅੰਦਰ ਇਸ ਕਰਕੇ ਜਿੰਨੇ ਵੀ ਕੈਂਡੀਡੇਟ ਹੈਗੇ ਆ ਆਪਣੀ ਪੰਜਾਬੀ ਦੀ ਵੀ ਨਾਲ ਨਾਲ ਤਿਆਰੀ ਕਰੋ ਜੀ ਜੇ ਮੰਨ ਲਓ ਕਿ ਤੁਹਾਡੇ ਜਿਹੜਾ ਵੀ ਤੁਸੀਂ ਪੋਸਟ ਲਈ ਸਿਲੇਬਸ ਆਇਆ ਵਾ ਉਸ ਅਕੋਰਡਿੰਗੋ ਪੇਪਰ 'ਚ ਭਾਵੇਂ ਤੁਸੀਂ ਜਿੰਨੇ ਮਰਜ਼ੀ ਨੰਬਰ ਲੈ ਲਓ ਜੇ ਤੁਸੀਂ ਪੰਜਾਬੀ ਦੇ ਪੇਪਰ ਵਿੱਚ ਕੁਆਲੀਫਾਈ ਨਹੀਂ ਕੀਤਾ ਤਾਂ ਤੁਸੀਂ ਐਲੀਜੀਬਲ ਨਹੀਂ ਹੋ ਠੀਕ ਆ ਜੀ ਬਾਕੀ ਇਹਦੀ ਟਰਮ ਕੰਡੀਸ਼ਨਾਂ ਹੋਰ ਜਲਦੀ ਪਤਾ ਲੱਗ ਜਾਣਗੀਆਂ ਕਿ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੋਊਗੀ ਜਾਂ ਨਹੀਂ ਹੋਊਗੀ ਉਹ ਮੈਂ ਕਨਫਰਮ ਜਲਦੀ ਹੀ ਕਰਕੇ ਤੁਹਾਨੂੰ ਇਨਫੋਰਮ ਕਰ ਦਾਂਗਾ ਜੀ 올 ది ਬੈਸਟ ਸਬ ਕੈਂਡੀਡੇਟ ਨੂੰ ਆਪਣੀ ਤਿਆਰੀ ਰੱਖੋ ਸਾਰੇ ਇਹਨੇ ਨਾਲ ਪੰਜਾਬੀ ਦੀ ਵੀ ਕਰਦੇ ਰਹੋ ਤੇ ਬਾਕੀ ਜਦਾਂ ETT ਦੇ ਦਾ ਪੇਪਰ ਤਾਂ ਵੱਖਰਾ ਪੰਜਾਬੀ ਦਾ ਸਿਲੇਬਸ ਹੈ ਸੀ ਉਸ ਅਕੋਰਡਿੰਗ ਤੁਸੀਂ ਮੰਨ ਸਕਦੇ ਹੋ ਕਿ ਉਹ ਪੇਪਰ ਚ ਆ ਸਕਦਾ ਵਾ ਤੇ ETT ਜਿਹੜਾ ਪੇਪਰ ਆਇਆ ਸਿਲੇਬਸ ਆਇਆ ਵਾ ਜੀ ਉਹਦੇ ਵਿੱਚ ਪੰਜਾਬੀ ਦਾ ਜੋ ਜੋ ਸਿਲੇਬਸ ਹੋਊ ਮੈਂ ਤੁਹਾਨੂੰ ਸੈਂਡ ਕਰ ਦਾਂ ਤੁਸੀਂ ਦੇਖ ਲਿਓ ਉਹਦੇ ਅਕੋਰਡਿੰਗ ਆਪਣੀ ਤਿਆਰੀ ਰੱਖੋ ਸਾਰੇ ਕੈਂਡੀਡੇਟਸ 올 ది ਬੈਸਟ ਆਪ ਕੈਂਡੀਡੇਟ ਨੂੰ ਤੇ ਬੈਕਸੇ ਮੈਂ ਆ ਪੀਡੀਫ ਟੈਲੀਗ੍ਰam ਗਰੁੱਪ ਦੇ ਬਾਤਾਂਗਾ ਟੈਲੀਗ੍ਰam ਦਾ ਲਿੰਕ ਇਸ ਵੀਡੀਓ ਦੇ ਬਾਊਟ ਚ ਆ ਜੀ